ਵਾਹਿਗੁਰੂ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੋਨੀ ਸੈਭੰ ਗੁਰ ਪ੍ਰਸਾਦਿ ਚਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਸਾਧਸੰਗ ਜੀਓ ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਹਾਜ਼ਰੀ ਲਾਉਂਦੇ ਹੋਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧਸੰਗ ਜੀ ਅੱਜ ਗੁਰੂ ਨੇ ਇਸ ਆਪ ਜੀ ਦੀ ਚਰਨ ਪਰਸਨ ਦਾ ਮੌਕਾ ਸਾਹਿਬ ਸ਼੍ਰੀ ਗੁਰੂ ਪਰਮ ਪਿਤਾ ਪਰਮਾਤਮਾ ਨੇ ਦਾਸ ਨੂੰ ਬਖਸ਼ਿਆ ਔਰ ਸੰਗਤਾਂ ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੇ ਪਿਆਰ ਨਾਲ ਇਹ ਬਾਣੀ ਦੀ ਵਿਚਾਰਧਾਰਾ ਨੂੰ ਸਰਵਣ ਕਰ ਰਹੀ ਹੈ। ਸਾਧ ਸੰਗਤ ਜੀ ਹੁਣ ਗੁਰਬਾਣੀ ਦੇ ਵਿੱਚੋਂ ਸਾਨੂੰ ਸਮਝ ਆਉਣੀ ਹੈ, ਜਦੋਂ ਅਸੀਂ ਗੁਰਬਾਣੀ ਦੀ ਟੇਕ ਲਵਾਂਗੇ ਆਪਣੇ ਮਨ ਦਾ ਆਧਾਰ ਜਿਹੜਾ ਹੈ ਉਹ ਗੁਰਬਾਣੀ ਨੂੰ ਬਣਾ ਲਵਾਂਗੇ। ਗੁਰਬਾਣੀ ਨੇ ਫਿਰ ਸਾਨੂੰ ਸਮਝਾਉਣਾ ਹੈ, ਰਸਤਾ ਦੇਣਾ, ਸੱਚ ਦਾ ਰਸਤਾ ਦੇਣਾ। ਹੁਣ ਇੱਕ ਬਹੁਤ ਵੱਡੀ ਤੁਕ ਜਿਸ ਦਾ ਉਪਦੇਸ਼ ਜਿਹੜਾ ਬਹੁਤ ਵੱਡਾ ਹੈ, ਮੈਂ ਆਪ ਜੀ ਨੂੰ ਦੱਸਣ ਲੱਗਾ ਹੈ ਕਿ ਗੁਰਬਾਣੀ ਤੀਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇੱਕ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਕਹਿ, ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੂਝੀਐ। ਜਿਵੇਂ ਹੁਣੇ ਆਪ ਜੀ ਨੇ ਸਰਵਣ ਕੀਤਾ ਕਿ ਗੁਰਬਾਣੀ ਜਿਹੜੀ ਹੈ ਜਦੋਂ ਅਸੀਂ ਵਿਚਾਰ ਕਰੀਏ ਨਾ ਤੇ ਇਹ ਅੱਖਰ ਸਾਨੂੰ ਕੋਈ ਕੀਮਤ ਨਹੀਂ ਰੱਖਦੇ, ਇਹਦੇ ਵਿੱਚ ਜਿਹੜੀ ਭਾਵਨਾ ਹੈ ਉਹ ਕੀਮਤ ਰੱਖਦੀ ਆ। ਮੰਦਾ ਕਿਸੇ ਨਾ ਆਖੀਏ, ਇਹੀ ਅਰਥ ਜਿਹੜਾ ਹੈ ਵੀ ਅਸੀਂ ਮੰਦਾ ਕਿਸੇ ਨੂੰ ਆਖਿਆ, ਜਦੋਂ ਇਸ ਗੱਲ ਨੂੰ ਅਸੀਂ ਹਿਰਦੇ 'ਚ ਵਸਾ ਲਿਆ ਉਦੋਂ ਗੁਰੂ ਨੇ ਕਿਰਪਾ ਕਰਨੀ ਹੈ। ਪੜ ਅੱਖਰ ਇਹ ਬੁੱਝੀ ਆ, ਪੜ੍ਹਿਆ ਕੁਛ ਨਹੀਂ ਬਣਨਾ ਗਾ। ਤੋ ਸਾਧ ਸੰਗਤ ਜੀ ਇੱਕ ਤੀਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਾਨੂੰ ਬਹੁਤ ਗਿਆਨ ਦਾ ਪ੍ਰਕਾਸ਼ ਦਾ ਭੰਡਾਰਾ ਦਿੱਤਾ ਹੈ। ਉਹਨਾਂ ਦੇ ਕੋਲ ਸੰਗਤ ਜਦੋਂ ਆਉਂਦੀ ਸੀ ਨਾ ਤੇ ਨਤਮਸਤਕ ਹੋ ਜਾਂਦੀ ਸੀ, ਇਸ ਤਰ੍ਹਾਂ ਸੁਰਤੀਆਂ ਜੁੜ ਜਾਂਦੀਆਂ ਸੀਗੀਆਂ ਉਹਨਾਂ ਦੇ ਬਚਨ ਸੁਣ ਕੇ, ਸੰਗਤਾਂ ਨੂੰ ਪਿਆਰ ਆਉਣਾ ਸ਼ੁਰੂ ਹੋ ਜਾਂਦਾ ਸੀ। ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਜਦੋਂ ਹਾਜ਼ਰ ਸੀ ਉਹਨਾਂ ਸਮਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੀ ਰਿਵਾਜ਼ ਸੀ ਕਿ ਇਹ ਬ੍ਰਾਹਮਣ ਲੋਕ ਗ੍ਰੰਥਾਂ ਦੀ ਪੰਡਾਂ ਬੰਨ੍ਹ ਕੇ ਬੁੱਕਲ ਦੇ ਵਿੱਚ ਲਈ ਰਹਿੰਦੇ ਸੀ ਅਤੇ ਡਿਆਉਂਡੀਆਂ ਪਿੱਟ ਪਿੱਟ ਕੇ ਨਾ ਵਾਦ ਵਿਵਾਦ ਵਿਚਾਰ ਸ਼ਾਸਤਰਾਂ ਦਾ ਵਾਦ ਵਿਵਾਦ ਕਰਦੇ ਹੁੰਦੇ ਸੀ ਇੱਕ ਦੂਜੇ ਬ੍ਰਾਹਮਣ ਆਪਸ ਵਿੱਚ ਦੀ, ਔਰ ਜਿਹੜਾ ਹਾਰ ਜਾਂਦਾ ਸੀ ਉਸ ਤੋਂ ਗ੍ਰੰਥ ਖੋਹ ਲੈਂਦੇ ਸੀ। ਇਹ ਇਸ ਤਰ੍ਹਾਂ ਦੇ ਨਾਲ ਜਦੋਂ ਉਸ ਵਿਦਵਾਨ ਦੇ ਨਾਲ ਕੋਈ ਬਹਿਸ ਮੁਆਵਜ਼ਾ ਕਰਨ ਵਾਲਾ ਨਹੀਂ ਰਹਿੰਦਾ ਸੀ ਨਾ ਤਾਂ ਉਸ ਨੂੰ ਸਾਰੇ ਹਿੰਦੁਸਤਾਨ ਦੇ ਵਿੱਚੋਂ ਦਿੱਗ ਵਿਜੇਈ ਕਿਹਾ ਜਾਂਦਾ ਸੀ, ਸਾਰੇ ਹਿੰਦੁਸਤਾਨ ਦਾ ਜੇਤਾ ਵਿਜੇਤਾ ਕਿਹਾ ਜਾਂਦਾ ਸੀ, ਯਾਨੀ ਉਹਨੂੰ ਦਿੱਗ ਵਿਜੇਈ ਕਹਿੰਦੇ ਸੀ। ਤੋ ਸਾਧ ਸੰਗਤ ਜੀ ਇਸ ਤਰ੍ਹਾਂ ਨਾਲ ਉਹਨਾਂ ਦਿਨਾਂ 'ਚ ਰਿਵਾਜ਼ ਸੀ ਅਤੇ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਤਸੰਗਤ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਹੀ ਬ੍ਰਾਹਮਣ ਜੀ ਦਾ ਨਾਮ ਬੇਣੀ ਪ੍ਰਸਾਦ ਸੀ, ਉਹ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਆ ਗਿਆ। ਕਈ ਦਿਨ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਰਿਹਾ, ਵਿਚਾਰਾਂ ਸੁਣੀਆਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਦੇਖੋ ਸਿਰੇ ਦੀ ਗੱਲ ਹੈ, ਅਸੀਂ ਹਾਂ ਕੌਣ? ਇਹ ਇੱਕ ਤੁਕ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਾਰੀ ਜ਼ਿੰਦਗੀ ਦਾ ਫਲਸਫਾ ਦੱਸਿਆ। ਮਨ ਤੂੰ ਜੋਤ ਸਰੂਪ ਹੈ, ਗੁਰੂ ਸਾਹਿਬ ਕਹਿੰਦੇ ਤੂੰ ਜੋਤ ਦਾ ਸਰੂਪ ਹੈ। ਆਪਣਾ ਮੂਲ ਪਛਾਣ, ਤੂੰ ਮੂਲ ਪਛਾਣ ਲੈ, ਤੂੰ ਮੂਲ ਨੂੰ ਭੁੱਲਿਆ ਬੈਠਾ ਮੈਂ ਕੌਣ ਆ। ਫਿਰ ਮਨ ਹਰਜੀ ਤੇਰੇ ਨਾਲ ਹੈ, ਪਰਮਾਤਮਾ ਤੇਰੇ ਨਾਲ ਹੀ ਹੈ। ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਨਾਲ। ਗੁਰੂ ਦੀ ਮਤ ਕੀ ਹੈ? ਗੁਰਬਾਣੀ, ਗੁਰੂ ਗ੍ਰੰਥ ਸਾਹਿਬ। ਗੁਰੂ ਦੀ ਮਤ ਨਾਲ ਰੰਗ ਮਾਣ, ਤੈਨੂੰ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ। ਹੁਣ ਉਹ ਬ੍ਰਾਹਮਣ ਨੇ ਜਦੋਂ ਇਹ ਵਿਚਾਰਾਂ ਸੁਣੀਆਂ, ਆਨੰਦ ਪਾਇਆ, ਮੇਰੀ ਮਾਇਆ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸਵਾਮੀ ਸੋ ਘੁੰਮਰੋਂ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਤੇਰੇ ਘਰ ਤਾਂ ਸਭ ਕੁਛ ਹੀ ਆ, ਪਰ ਸਾਡੇ ਲੈਣ ਦਾ, ਸਾਨੂੰ ਮੰਗਣ ਦਾ ਹੀ ਵੱਲ ਨਹੀਂ ਹੈ। ਮਨ ਨੂੰ ਆਧਾਰ ਬਣਾ ਲੈ, ਤੈਨੂੰ ਮਿਲਣਾ ਸ਼ੁਰੂ ਹੋ ਜਾਏਗਾ। ਹੁਣ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਆ, ਪੰਚ ਸ਼ਬਦ ਤਿਤ ਕਰਸ ਪਾਗੇ, ਕਰਸ ਪਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਤਿਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ। ਜਦੋਂ ਇਸ ਤਰ੍ਹਾਂ ਦੇ ਬਚਨ ਤੀਜੇ ਪਾਤਸ਼ਾਹ ਦੇ ਕੋਲੋਂ ਸੁਣੇ ਨਾ, ਅਤੇ ਉਹ ਦਿਗ ਵਿਜੇਈ ਬ੍ਰਾਹਮਣ, ਜਿਹੜਾ ਕਿ ਆਪਣੇ ਆਪ ਨੂੰ ਇਹ ਸਮਝਦਾ ਸੀ ਕਿ ਮੈਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਵਿਜੇਤਾ ਹੋ ਗਿਆ, ਮੈਂ ਬਹੁਤ ਵੱਡਾ ਹੈ, ਅਤੇ ਉੱਥੇ ਜਦੋਂ ਆਇਆ ਅਤੇ ਉੱਥੇ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤ ਹੋ ਕੇ ਬਾਣੀ ਸੁਣੀ, ਅਤੇ ਉਹਦਾ ਹੰਕਾਰ ਟੁੱਟ ਗਿਆ। ਗੁਰਬਾਣੀ ਬੜੀ ਮਿੱਠੀ ਲੱਗੀ, ਗੁਰੂ ਸਾਹਿਬ ਦੇ ਬਚਨਾਂ ਨੂੰ ਬੜਾ ਪਿਆਰ ਕਰਨ ਲੱਗ ਗਿਆ। ਕਈ ਦਿਨ ਰਿਹਾ ਉੱਥੇ, ਲੰਗਰ ਦੇ ਵਿੱਚ ਲੰਗਰ ਛਕਦਾ ਔਰ ਸੰਗਤ ਦੇ ਵਿੱਚ ਸੰਗਤ ਸੁਣਦਾ। ਇੱਕ ਦਿਨ ਗੁਰੂ ਸਾਹਿਬ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤੁਹਾਡੇ ਬਚਨ ਜਿਹੜੇ ਆ ਬੜੇ ਪਿਆਰੇ ਲੱਗਦੇ ਆ, ਮੈਨੂੰ ਬੜੀ ਮਿੱਠੀ ਲੱਗਦੀ ਹੈ ਗੱਲਬਾਤ ਬਾਣੀ ਦੀ, ਜਿਹੜੀ ਆ ਜਿਹੜੀ ਤੁਸੀਂ ਬਾਣੀ ਉਚਾਰਨ ਕੀਤੀ ਹੈ ਬੜੀ ਮਿੱਠੀ ਹੈ, ਅਤੇ ਤੁਸੀਂ ਕੀ ਕਰੋ ਕਿ ਕਲਮ ਦਵਾਤ ਮੰਗਾ ਦਿਓ, ਮੈਂ ਇਹ ਬਾਣੀ ਨੂੰ ਲਿਖ ਲਵਾਂ। ਗੁਰੂ ਸਾਹਿਬ ਬੋਲੇ, ਬ੍ਰਾਹਮਣ ਆ ਅੱਗੇ ਇੰਨੇ ਗ੍ਰੰਥ ਚੱਕੀ ਫਿਰਦਾ ਤੂੰ, ਜਿਵੇਂ ਇਹ ਗ੍ਰੰਥਾਂ ਦੇ ਉੱਤੇ ਲਿਖਿਆ ਪਿਆ ਰਹਿ ਗਿਆ ਨਾ, ਅਤੇ ਜੇ ਤੂੰ ਇਹ ਬਚਨ ਲਿਖ ਲਏ ਤਾਂ ਇਹ ਐਵੇਂ ਜ਼ਿਕਰ ਪਏ ਹੀ ਰਹਿ ਜਾਣੇ ਹੈ। ਫਿਰ ਮਹਾਰਾਜ ਕੀ ਕਰ, ਇਹਨੂੰ ਹਿਰਦੇ ਦੇ ਉੱਤੇ ਲਿਖ ਲੈ। ਹੁਣ ਦੇਖੋ ਗੱਲ ਜਿਹੜੀ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ, ਮਨ ਤੂੰ ਜੋਤ ਸਰੂਪ ਹੈ, ਪਛਾਣ ਪਛਾਣਨਾ, ਤੂੰ ਇਹਨੂੰ ਇਹ ਹਿਰਦੇ ਦੇ ਉੱਤੇ ਲਿਖ ਲੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਇਹ ਉਚਾਰਨ ਕੀਤਾ ਹੋਇਆ ਹੈ, ਕਲਮ ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲੇ। ਹੇ ਬ੍ਰਾਹਮਣ, ਤੂੰ ਦਵਾਤ ਕਲਮ ਦਾ ਕੀ ਕਰਨਾ, ਤੂੰ ਆਪਣੇ ਹਿਰਦੇ ਦੇ ਉੱਤੇ ਹੀ ਇਹ ਬਚਨ ਲਿਖ ਲੈ, ਭਾਵ ਇਹਨਾਂ ਨੂੰ ਹਿਰਦੇ ਦੇ ਵਿੱਚ ਟਿਕਾ ਲੈ, ਵਸਾ ਲੈ, ਇਹਨਾਂ ਦੇ ਦ੍ਰਿੜ ਨਿਸ਼ਚਾ ਕਰ ਲੈ, ਇਹਨਾਂ ਨੂੰ ਮੰਨ ਲੈ। ਕਹਿੰਦੇ ਅੱਛਾ ਜੀ, ਚਲੋ ਜੀ। ਉਹਨੇ ਜੀ ਮੰਨਿਆ, ਉਹ ਗੁਰੂ ਦੀ ਕਿਰਪਾ ਹੋਈ, ਉਹ ਗੁਰੂ ਦੀ ਸੰਗਤ ਦੇ ਵਿੱਚ ਬੈਠਾ, ਹਿਰਦੇ 'ਚ ਵਸਾਇਆ ਔਰ ਗੁਰੂ ਦਾ ਸਿੱਖ ਬਣ ਗਿਆ, ਅੰਮ੍ਰਿਤ ਛਕ ਲਿਆ, ਬੜੀ ਕਿਰਪਾ ਹੋਈ। ਤੋ ਇਸ ਤਰ੍ਹਾਂ ਨਾਲ ਸਾਧ ਸੰਗਤ ਜੀ, ਅਸੀਂ ਗੁਰੂ ਸਾਹਿਬ ਸਾਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇਸ ਤਰ੍ਹਾਂ ਦਾ ਹੀ ਸਾਨੂੰ ਕੁਝ ਸਮਝਾਉਂਦੇ ਆ ਕਿ ਇੱਕ ਵਾਰੀ ਦੀ ਗੱਲ ਹੈ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ, ਆਸਾ ਹੱਥ ਕਿਤਾਬ ਕੱਛ ਔਰ ਭੇਖ ਕਿਹੋ ਜਿਹਾ ਬਣਾਇਆ, ਕਾਲੇ ਵਸਤਰ ਟੋਪੀ ਪਹਿਰੀ ਹੋਈ ਹੈ ਮੁਸਲਮਾਨੀ ਲਿਬਾਸ ਦੀ, ਔਰ ਮਰਦਾਨੇ ਦੇ ਹੱਥ ਦੇ ਵਿੱਚ ਰਬਾਬ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਸ ਤਰ੍ਹਾਂ ਇਹ ਦੋਨੋਂ ਹਾਜੀਆਂ ਦੇ, ਮੱਕੇ ਜਾਣ ਵਾਲੇ ਹਾਜੀਆਂ ਦੇ ਜਥੇ ਦੇ ਵਿੱਚ ਨਾਲ ਰਲ ਗਏ ਔਰ ਮੱਕੇ ਜਾਣ ਵਾਸਤੇ ਉਹਨਾਂ ਹਾਜੀਆਂ ਦੇ ਵਿੱਚ ਸ਼ਾਮਿਲ ਹੋ ਗਏ। ਲਿਬਾਸ ਉਹਨਾਂ ਮੁਸਲਮਾਨਾਂ ਵਾਲਾ ਪਾਇਆ ਹੋਇਆ, ਮਰਦਾਨੇ ਦੇ ਹੱਥ ਦੇ ਵਿੱਚ ਰਬਾਬ ਹੈ, ਔਰ ਰਬਾਬ ਦੇਖ ਕੇ ਮੁਸਲਮਾਨ ਹਾਜੀ ਜਿਹੜੇ ਹੱਜ ਵੱਲ ਜਾ ਰਹੇ ਸੀ ਉਹ ਬੜੇ ਹੈਰਾਨੀ ਕਰਦੇ ਆ, ਕਿਉਂਕਿ ਮੁਸਲਮਾਨ ਦੇ ਵਿੱਚ ਸੰਗੀਤ ਵਰਜਿਤ ਹੈ,
ਮੁਸਲਮਾਨ ਧਰਮ ਦੇ ਵਿੱਚ ਸੰਗੀਤ ਵਰਜਿਤ ਹੈ। ਉਹਨਾਂ ਨੇ ਵੇਖਿਆ ਵੀ ਇਹ ਜਾ ਤਾਂ ਹੱਜ ਰਹੇ ਆ ਅਤੇ ਹੱਥ 'ਚ ਰਬਾਬ ਲਈ ਫਿਰਦੇ ਆ। ਕਈਆਂ ਨੇ ਪੁੱਛ ਲਿਆ ਵੀ ਇਹ ਕੀ ਚੀਜ਼ ਹੈ, ਕਹਿੰਦੇ ਜੀ ਇਹ ਰਬਾਬ ਹੈ, ਕੋਈ ਰਾਗ ਦਾ ਸ਼ੌਂਕ ਹੈ, ਕਦੇ ਕਦੇ ਰਾਗ ਕਰ ਲਈਦਾ। ਹੁਣ ਉਹ ਕਹਿਣ ਲੱਗੇ ਵੀ ਕਦੇ ਕਦੇ ਰਾਗ ਕਰਦੇ ਹੋ ਜਾਂ ਕੁਛ ਪੜ੍ਹੇ ਵੀ ਹੋ? ਗੁਰੂ ਸਾਹਿਬ ਕਹਿਣ ਲੱਗੇ ਵੀ ਪੜ੍ਹਿਆ, ਕਿਹੜਾ ਪੜ੍ਹਿਆ ਪੁੱਛਦੇ ਹੋ ਤੁਸੀਂ? ਉਹ ਕਹਿੰਦੇ ਵੀ ਪੜ੍ਹਾਈ ਤਾਂ ਇੱਕੋ ਹੀ ਹੁੰਦੀ ਹੈ, ਪੜ੍ਹਾਈ ਕਿਹੜਾ ਪੁੱਛਦੇ ਹੋ ਤੁਸੀਂ? ਜਾਂ ਕੋਈ ਅਰਬੀ ਪੜ੍ਹਿਆ ਹੋਵੇ, ਜਾਂ ਕੋਈ ਸੰਸਕ੍ਰਿਤ ਪੜ੍ਹਿਆ ਹੋਵੇ, ਫਾਰਸੀ ਪੜ੍ਹਿਆ ਹੋਵੇ। ਗੁਰੂ ਸਾਹਿਬ ਕਹਿੰਦੇ ਭਾਈ ਨਹੀਂ, ਪੜ੍ਹਾਈ ਤਾਂ ਚਾਰ ਪ੍ਰਕਾਰ ਦੀ ਹੁੰਦੀ ਹੈ, ਚਾਰ ਪ੍ਰਕਾਰ ਦੀ ਹੁੰਦੀ ਹੈ। ਕਹਿੰਦੇ ਹਾਂ, ਪੜ੍ਹਾਈ ਜਿਹੜੀ ਹੈ ਚਾਰ ਪ੍ਰਕਾਰ ਦੀ ਹੁੰਦੀ ਹੈ। ਕਹਿੰਦੇ ਮਹਾਰਾਜ ਫਿਰ ਸਾਨੂੰ ਦੱਸੋ। ਕਹਿੰਦੇ ਵੀ ਪਹਿਲੀ ਪੜ੍ਹਾਈ ਜਿਹੜੀ ਹੈ ਨਾ, ਜਿਹੜੇ ਅਸੀਂ ਅੱਜ ਸੰਸਾਰ ਦੇ ਹੁਣ ਲੋਕ ਜਿਹੜੇ ਆ ਇਹਨਾਂ ਪੜ੍ਹਾਈਆਂ 'ਚ ਹੀ ਲੱਗੇ ਹੋਏ ਆ। ਪਹਿਲੀ ਪੜ੍ਹਾਈ ਹੈ ਹੱਡਾਂ ਦੀ, ਦੂਜੀ ਪੜ੍ਹਾਈ ਹੈ ਮਾਸ ਦੀ, ਤੀਜੀ ਪੜ੍ਹਾਈ ਹੈ ਖੋਪਰੀ ਦੀ, ਅਤੇ ਚੌਥੀ ਪੜ੍ਹਾਈ ਹੈ ਮਨ ਦੀ। ਗੁਰੂ ਸਾਹਿਬ ਨੇ ਬਖਸ਼ਿਆ ਸੀ ਨਾ ਤੀਜੇ ਪਾਤਸ਼ਾਹ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਤੇ ਜਿਨ੍ਹਾਂ ਨੇ ਇਹ ਪੜ੍ਹਾਈ ਕਰ ਲਈ ਅਤੇ ਉਹਨਾਂ ਦਾ ਪਰਮਾਤਮਾ ਦੇ ਦੁਆਰੇ 'ਤੇ ਆਸਣ ਹੋ ਗਿਆ, ਪਰਮਾਤਮਾ ਦਾ ਦਰਸ ਦਿਦਾਰਾ ਹੋ ਗਿਆ ਉਹਨਾਂ ਗੁਰਮੁਖ ਪਿਆਰਿਆਂ ਨੂੰ। ਕਹਿੰਦੇ ਹੁਣ ਉਹ ਕਹਿੰਦੇ ਵੀ ਹੈ ਚਾਰ ਪੜ੍ਹਾਈਆਂ, ਹੱਡਾਂ ਦੀ, ਮਾਸ ਦੀ, ਖੋਪਰੀ ਦੀ, ਮਨ ਦੀ, ਇਹ ਕਿਵੇਂ ਮਹਾਰਾਜ? ਸਾਨੂੰ ਤਾਂ ਕੋਈ ਸਮਝ ਨਹੀਂ ਆਈ, ਕੋਈ ਵਿਸਥਾਰ ਦੱਸੋ। ਕਹਿੰਦੇ ਵੀ ਗੱਲ ਇਹ ਹੈ ਵੀ ਗੁਰੂ ਸਾਹਿਬ ਨੇ ਫਿਰ ਆਪਣਾ ਇੱਕ ਸ਼ਬਦ ਹੈ, ਅਸੀਂ ਰੋਜ਼ ਪੜ੍ਹਦੇ ਹਾਂ ਆਸਾ ਜੀ ਦੀ ਵਾਰ ਦੇ ਵਿੱਚ, ਪੜ੍ਹ ਪੜ੍ਹ ਗੱਡੇ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਖਾਤ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ 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 ਭਰੀ ਹੈ ਸਾਥ, ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ, ਪੜ੍ਹੀਆ ਜੇਤੇ ਆਰਜਾ, ਪੜ੍ਹੀਆ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉ ਮੈਂ ਝੱਖਣਾ ਚਾਖ। ਸਾਡੇ ਸੰਸਾਰ ਦੇ ਲੋਕਾਂ ਨੇ ਭਾਈ ਇਹ ਪੜ੍ਹਾਈ ਕਰ ਰੱਖੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਇੱਕ ਹੋਰ ਵੀ ਪੜ੍ਹਾਈ ਹੈ, ਪੜ੍ਹਿਆ ਹੋਵੇ ਗੁਨਾਹਗਾਰ ਓਮੀ ਸਾਧਨਾ ਮਾਰੀਏ, ਪੜ੍ਹਿਆ ਅਤੇ ਓਮੀਆਂ ਅੱਗੇ ਵਿਚਾਰ ਵਿਚਾਰੀਏ। ਕਹਿੰਦੇ ਵੀ ਪੜ੍ਹਿਆ ਜਿਹੜਾ ਨਾ ਉਹ ਤਾਂ ਗੁਨਾਹਗਾਰ ਹੋ ਸਕਦਾ ਹੈ, ਹੰਕਾਰੀ ਹੋ ਸਕਦਾ ਹੈ, ਉਹਦੀ ਪੜ੍ਹਾਈ ਤਾਂ ਹੱਡਾਂ ਵਾਲੀ ਵੀ ਹੋ ਸਕਦੀ ਹੈ, ਉਹਦੀ ਮਾਸ ਵਾਲੀ ਵੀ ਹੋ ਸਕਦੀ ਹੈ, ਉਹਦੀ ਖੋਪਰੀ ਵਾਲੀ ਵੀ ਹੋ ਸਕਦੀ ਹੈ, ਪਰ ਜਿਹੜਾ ਓਮੀਆਂ ਹੈ, ਜਿਹੜਾ ਨਹੀਂ ਪੜ੍ਹਿਆ ਅਤੇ ਉਹਨੇ ਜਦੋਂ ਪਰਮਾਤਮਾ ਦੀ ਪੜ੍ਹਾਈ ਪੜ੍ਹੀ ਹੋਈ ਹੈ ਨਾ, ਮਨ ਤੂੰ ਜੋਤ ਸਰੂਪ ਆ, ਮਨ ਦੀ ਪੜ੍ਹਾਈ ਪੜ੍ਹੀ ਹੋਈ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਹਿੰਦਾ ਉਹ ਸਭ ਤੋਂ ਸ੍ਰੇਸ਼ਟ ਹੈ ਭਾਈ। ਉਹਦਾ ਵਿਚਾਰ ਇਹ ਪੜ੍ਹੇ ਦਾ ਔਰ ਅਨਪੜ੍ਹੇ ਦਾ ਵਿਚਾਰ ਹੈ, ਅੱਗੇ ਜਾ ਕੇ ਪਰਮਾਤਮਾ ਦੇ ਦੁਆਰੇ ਦੇ ਉੱਤੇ ਮੰਗ, ਤਿੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਤੋ ਸਾਧ ਸੰਗਤ ਜੀ ਉਹ ਕਹਿਣ ਲੱਗੇ ਵੀ ਮਹਾਰਾਜ ਫਿਰ ਸਾਨੂੰ ਖੋਲ੍ਹ ਕੇ ਦੱਸੋ ਇਹ ਗੱਲ, ਹਾਲੇ ਵੀ ਸਾਡੇ ਪੂਰੀ ਸਮਝ ਨਹੀਂ ਆਏਗੀ। ਕਹਿੰਦੇ ਵੀ ਲਓ ਜੀ, ਕਹਿੰਦੇ ਵੀ ਪਹਿਲੀ ਪੜ੍ਹਾਈ ਜਿਹੜੀ ਹੱਡਾਂ ਦੀ ਹੈ ਨਾ, ਉਹ ਤਾਂ ਇਹ ਹੈ ਕਿ ਸੰਸਾਰ ਦੇ ਵਿੱਚ ਲੋਕ ਪੜ੍ਹਾਈਆਂ ਪੜ੍ਹਦੇ ਹੈ, ਅੱਖਰ ਪੜ੍ਹਦੇ ਹੈ, ਪੜ੍ਹ ਅੱਖਰ ਇਹੋ ਪੂਜੀ ਹੈ। ਕਹਿੰਦੇ ਮੰਦਾ ਕਿਸੇ ਨਾ ਆਖੀਏ, ਅੱਖਰ ਤਾਂ ਪੜ੍ਹਦੇ ਹੈ ਪਰ ਇਹ ਨਹੀਂ ਪੜ੍ਹਦੇ ਵੀ ਮੰਦਾ ਕਿਸੇ ਨਾ ਆਖੀਏ, ਅੱਖਰ ਪੜ੍ਹ ਕੇ ਕੰਮ ਸਾਰ ਲੈਂਦੇ ਆ, ਔਰ ਲੋਕਾਂ ਨਾਲ ਤੰਗ ਕਰਦੇ ਆ, ਲੋਕਾਂ ਨਾਲ ਠੱਗੀਆਂ ਮਾਰਦੇ ਆ, ਲੋਕਾਂ ਨੂੰ ਬੇਈਮਾਨੀਆਂ ਕਰਦੇ ਆ, ਲੋਕਾਂ ਨਾਲ ਧੱਕੇ ਕਰਦੇ ਆ, ਲੋਕਾਂ ਨਾਲ ਜਬਰ ਕਰਦੇ ਆ, ਲੋਕਾਂ ਨਾਲ ਲੁੱਟਾਂ ਖੋਹਾਂ ਕਰਦੇ ਆ, ਇਸ ਤਰ੍ਹਾਂ ਦੀ ਪੜ੍ਹਾਈ ਉਹਨਾਂ ਦੀ। ਹੁਣ ਗੁਰੂ ਸਾਹਿਬ ਕਹਿਣ ਲੱਗੇ ਭਾਈ ਸਭ ਤੋਂ ਪਹਿਲੀ ਪੜ੍ਹਾਈ ਹੈ ਹੱਡਾਂ ਦੀ। ਹੱਡਾਂ ਦੀ ਕੀ ਹੈ ਕਿ ਲੋਕ ਪੜ੍ਹ ਕੇ ਵਿਦਵਾਨ ਹੋ ਜਾਂਦੇ ਆ, ਔਰ ਵਿਦਵਾਨ ਹੋ ਕੇ ਦੂਜਿਆਂ ਨੂੰ ਬਹਿਸ ਮਵਾਸੇ ਕਰਦੇ ਆ, ਸੰਸਾਰ ਦੇ ਵਿੱਚ ਲੜਾਈਆਂ ਕਰਦੇ ਆ, ਵਿਚਾਰਾਂ ਕਰਦੇ ਆ, ਸ਼ਾਸਤਰ ਅਰਥ ਕਰਦੇ ਆ, ਨਾਲੇ ਆਪਦੇ ਹੱਡ ਗਾਲਦੇ ਆ, ਪਹਿਲਾਂ ਆਪਦੇ ਹੱਡ ਰੱਟੇ ਲਾ ਲਾ ਕੇ ਗਾਲੀ ਜਾਂਦੇ ਆ। ਮਨ ਦੇ ਅੰਦਰ ਤਾਂ ਉਹਨਾਂ ਦੇ ਹੁੰਦਾ ਕੁਛ ਨਹੀਂ, ਮਨ ਦੀ ਪੜ੍ਹਾਈ ਤਾਂ ਉਹਨਾਂ ਨੇ ਕੀਤੀ ਨਹੀਂ ਹੁੰਦੀ, ਸਿਰਫ ਅੱਖਰਾਂ ਦੀ ਪੜ੍ਹਾਈ ਕੀਤੀ ਹੁੰਦੀ ਹੈ, ਅਤੇ ਆਪਦੇ ਹੱਡ ਵੀ ਗਾਲਦੇ ਆ, ਅਤੇ ਫਿਰ ਦੂਜਿਆਂ ਦੇ ਹੱਡ ਜਿਹੜੇ ਆ ਵਿਵਾਦ ਵਿਵਾਦ ਕਰਕੇ ਉਹ ਦੂਜਿਆਂ ਦੇ ਵੀ ਗਾਲਦੇ ਆ, ਸਾੜਾ ਪਾ ਦਿੰਦੇ ਆ, ਲੜਾਈ ਪਾ ਦਿੰਦੇ ਆ, ਇਹ ਹੱਡਾਂ ਦੀ ਪੜ੍ਹਾਈ। ਦੂਜੀ ਪੜ੍ਹਾਈ ਹੈ ਭਾਈ ਮਾਸ ਦੀ। ਇੱਕ ਬੰਦਾ ਪੜ੍ਹ ਗਿਆ, ਅੱਜ ਸਾਡੇ ਸੰਸਾਰ ਦੇ ਵਿੱਚ ਹਾਲਾਤ ਇਹੀ ਹੈ ਕਿ ਭਾਈ ਫਲਾਨੀ ਕਿਹੜੀ ਬੜਾ ਵੱਡਾ ਇੰਜੀਨੀਅਰ ਬਣ ਗਿਆ ਜੀ, ਫਲਾਨੀ ਡਿਗਰੀ, ਅੱਜ ਕਲੈਕਟਰ ਲੱਗ ਗਿਆ ਜੀ, ਅੱਜ ਸਾਡਾ ਜਿਹੜਾ ਮੁੰਡਾ ਜੀ ਉਹ ਬਹੁਤ ਵੱਡੇ ਇੰਜੀਨੀਅਰ ਬਣ ਗਿਆ ਜੀ,
ਅਤੇ ਮਾਂ ਪਿਓ ਦੀ ਸੇਵਾ ਉਹਨੇ ਕਦੇ ਆ ਕੇ ਨਹੀਂ ਕਰਨੀ ਗੀ। ਇਹ ਪੜ੍ਹਾਈ ਨਹੀਂ ਕੀਤੀ ਉਸਨੇ, ਉਸਨੇ ਪੜ੍ਹਾਈ ਕੀ ਕੀਤੀ ਹੋਈ ਹੈ, ਤਨਖਾਹ ਮਿਲਦੀ ਹੈ 2 ਲੱਖ ਰੁਪਈਆ 4 ਲੱਖ ਰੁਪਈਆ, ਸਾਰੀ ਆਪਦੇ ਸਰੀਰ ਦੇ ਉੱਤੇ ਆਪਦੇ ਖਾਣ ਪੀਣ 'ਤੇ ਲੈਂਦੇ, ਮਾਂ ਪਿਓ ਨੂੰ ਆ ਕੇ ਜਵਾਨੀ ਕਦੇ ਨਹੀਂ ਦਿੰਦਾ ਉਹ, ਆ ਕੇ ਲੈ ਮਾਤਾ ਪਿਤਾ ਤੁਸੀਂ ਦੁਖੀ ਹੋ, ਸੇਵਾ ਕਰਦੀ ਅਸੀਂ ਵੀ ਮਾਂ ਪਿਓ ਦੀ ਵੀ, ਮਾਂ ਨੂੰ ਵੀ ਪੁੱਛ ਲਈਏ। ਇਹ ਪੜ੍ਹਾਈ ਉਹ ਆਪਣੇ ਸਰੀਰ ਦੇ ਉੱਤੇ ਹੀ ਲਾਈ ਜਾਂਦੇ, ਆਪਣੇ ਪਰਿਵਾਰ ਦੇ ਉੱਤੇ ਲਾਈ ਜਾਂਦੇ, ਆਪਣੇ ਘਰ ਵਾਲੀ ਨੂੰ 500 ਦੀ ਚੀਜ਼ ਹੁੰਦੀ ਹੈ ਅਤੇ 50,000 'ਚ ਖਰੀਦ ਕੇ ਦੇ ਦਿੰਦੇ। ਇਹੋ ਜਿਹੀ ਪੜ੍ਹਾਈ ਅੱਜ ਸਾਡੇ ਸੰਸਾਰ ਦੇ ਲੋਕ, ਅੱਜ ਇਹ ਹਾਲਾਤ ਹੈ, ਸਾਡੇ ਬੱਚੇ ਇਹ ਪੜ੍ਹਾਈਆਂ ਕਰੀ ਜਾਂਦੇ। ਇਹ ਹੈ ਭਾਈ ਦੂਜੀ ਮਾਸ ਦੀ ਪੜ੍ਹਾਈ। ਹੁਣ ਤੀਜੀ ਪੜ੍ਹਾਈ ਇਹ ਹੈ ਭਾਈ ਕੋਈ ਪੜ੍ਹ ਗਿਆ, ਬਹੁਤ ਵੱਡਾ ਅਫਸਰ ਲੱਗ ਗਿਆ, ਬਹੁਤ ਵੱਡਾ ਗਿਆਤਾ ਹੋ ਗਿਆ, ਅਤੇ ਪਰ ਉਹਦੇ ਮਨ ਦੇ ਵਿੱਚ ਨਿਮਰਤਾ ਨਹੀਂ ਹੈ, ਨਿਮਰਤਾ ਨਹੀਂ ਹੈ, ਹੰਕਾਰ ਹੀ ਕਰੀ ਫਿਰਦਾ, ਮੈਂ ਬਹੁਤ ਪੜ੍ਹਿਆ ਹੋਇਆ, ਮੇਰੇ ਜਿੰਨਾ ਤਾਂ ਕੋਈ ਪੜ੍ਹਿਆ ਹੀ ਨਹੀਂ ਗਾ, ਮੇਰੇ ਬਰਾਬਰ ਕੌਣ ਕੋਈ ਗੱਲ ਕਰੂਗਾ। ਇਹ ਹੰਕਾਰ ਦੀ ਪੜ੍ਹਾਈ ਜਿਹੜੀ ਹੈ ਨਾ, ਖੋਪਰੀ 'ਚ ਪਾ ਕੇ ਅਤੇ ਆਪਣੇ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ, ਕਿਸੇ ਨਾਲ ਰਾਮ ਰਾਮ ਨਹੀਂ ਕਰਦੇ, ਕਿਸੇ ਨੂੰ ਰਮਈਆ ਨਹੀਂ ਕਰਦੇ, ਕਿਸੇ ਦੀ ਸੇਵਾ ਨਹੀਂ ਕਰਦੇ, ਕਿਸੇ ਨੂੰ ਪਿਆਰ ਨਹੀਂ ਕਰਦੇ, ਮਾਂ ਪਿਓ ਨੂੰ ਵੀ ਪਿਆਰ ਨਹੀਂ ਕਰਦੇ, ਮਾਂ ਪਿਓ ਦੀ ਵੀ ਸੇਵਾ ਨਹੀਂ ਕਰਦੇ, ਦੂਜਿਆਂ ਦੀ ਤਾਂ ਕੀ ਕਰਨੀ ਹੈ ਇਹਨਾਂ ਲੋਕਾਂ ਨੇ। ਅਤੇ ਇਸ ਤਰ੍ਹਾਂ ਨਾਲ ਇਹ ਲੋਕ ਜਿਹੜੇ ਆ ਨਾ, ਇਹ ਖੋਪਰੀ 'ਚ ਪਾ ਕੇ ਨਾ ਪੜ੍ਹਾਈ ਨੂੰ, ਅਤੇ ਆਪਣੇ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਰਹਿੰਦੇ। ਇਹ ਹੈ ਖੋਪਰੀ ਦੀ ਪੜ੍ਹਾਈ। ਹੁਣ ਚੌਥੀ ਪੜ੍ਹਾਈ ਭਾਈ ਹੈਗੀ ਹੈ ਮਨ ਦੀ। ਹੁਣ ਮਨ ਕੀ ਹੈ ਕਿ ਮਨ ਨੇ ਮਨ ਨੂੰ ਸਮਝਣਾ, ਮਨ ਨੇ ਮਨ ਨੂੰ ਮਾਰਨਾ। ਜਦੋਂ ਮਨ ਮੰਨ ਗਿਆ, ਮਨ ਮਾਨਿਆ ਤੋ ਪ੍ਰਭ ਜਾਣਿਆ। ਮਨ ਮਾਨੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਸੋਈ। ਕਬੀਰ ਸਾਹਿਬ ਨੇ ਇਹ ਵੀ ਕਿਹਾ ਮਨ ਮਾਨਿਆ ਤੋ ਪ੍ਰਭ ਜਾਣਿਆ, ਪਰ ਗੁਰੂ ਸਾਹਿਬ ਕਹਿੰਦੇ ਵੀ ਖਾਲੀ ਮਨ ਮੰਨੇ ਨਾਲ ਵੀ ਗੱਲ ਨਹੀਂ ਹੋਣੀ, ਬਾਕੀ ਗੱਲਾਂ ਵੀ ਧਿਆਨ ਰੱਖਣਾ ਪਊ, ਸਹਿਜ ਕਿਵੇਂ ਆਏਗਾ। ਮਨ ਮਾਨਿਆ ਤੋ ਪ੍ਰਭ ਜਾਣਿਆ, ਮਨ ਮਾਨੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਸੋਈ। ਹੁਣ ਗੁਰੂ ਸਾਹਿਬ ਅੱਗੇ ਫਿਰ ਕਰਦੇ ਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ, ਲੋਕ ਨਹੀਂ ਭਤੀਜੇ ਤੇ ਨਾ, ਪਰ ਤੁਹਾਡਾ ਮਨ ਜਿਹੜਾ ਮੰਨ ਜਾਣਾ ਚਾਹੀਦਾ। ਜਦੋਂ ਤੁਹਾਡੇ ਮਨ ਨੇ ਗੁਰਮਤੀ ਰੰਗ ਮਾਣ ਲਿਆ, ਪਰਮਾਤਮਾ ਨੂੰ ਜਾਣ ਲਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਉਹ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ ਇਸ ਅਵਸਥਾ ਦੇ ਵਿੱਚ ਅਸੀਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਨਾ, ਤਾਂ ਉਦੋਂ ਗੁਰੂ ਦੀ ਕਿਰਪਾ ਹੋ ਗਈ, ਉਦੋਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਗਈ, ਉਦੋਂ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਆ ਗਈਆਂ, ਉਦੋਂ ਸਾਡੇ ਜੀਵਨ ਦੇ ਵਿੱਚ ਜਿਹੜਾ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਗਿਆ, ਔਰ ਸਾਡਾ ਜੀਵਨ ਜਿਹੜਾ ਹੈ, ਅਸੀਂ ਲੋਕਾਂ ਨੂੰ ਖੋਹਣ ਵਾਲੀ ਥਾਂ 'ਤੇ ਅਸੀਂ ਗੁਰਸਿੱਖ ਜਿਹੜੇ ਆ ਦਾਤੇ ਬਣ ਗਏ, ਜਿਨ੍ਹਾਂ ਨੇ ਗੁਰਸਿੱਖੀ ਨੂੰ ਧਾਰਨ ਕਰ ਲਏ। ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਜਦੋਂ ਉਹਨਾਂ ਨੂੰ ਸਮਝਾਇਆ ਨਾ, ਅਤੇ ਉਹ ਗੱਲ ਉਹਨਾਂ ਦੇ ਸਮਝ ਆਈ ਵੀ ਵਾਸਤਵ ਦੇ ਵਿੱਚ ਗੱਲ ਤਾਂ ਇਹੀ ਹੈ ਵੀ ਜਿੰਨਾ ਚਿਰ ਮਨ ਦੀ ਪੜ੍ਹਾਈ ਨਹੀਂ ਕਿਸੇ ਨੇ ਪੜ੍ਹੀ, ਅਤੇ ਦੂਜੀਆਂ ਪੜ੍ਹਾਈਆਂ ਦਾ ਸਭ ਬੇਕਾਰ ਹੈ। ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਨਾਲ ਇਹ ਵੀ ਕੁਛ ਇਸ਼ਾਰਾ ਸਾਨੂੰ ਦਿੰਦੇ ਹੈ, ਜੋਤੋ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਮਤਲਬ ਕਿ ਕਿਸੇ ਦਾ ਦਿਲ ਤੋੜਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਤੋਂ ਖੋਹਣ ਦੀ ਕੋਸ਼ਿਸ਼ ਨਾ ਕਰੋ, ਕਿਸੇ ਨੂੰ ਲੁੱਟਣ ਦੀ ਕੋਸ਼ਿਸ਼ ਨਾ ਕਰੋ, ਕਿਸੇ ਦਾ ਦਿਲ ਨਾ ਤੋੜੋ। ਜੇ ਤੈਨੂੰ ਪਰਮਾਤਮਾ ਨਾਲ ਮਿਲਣ ਦੀ ਚਾਹ ਹੈ ਨਾ, ਤਾਂ ਸਭ ਨਾਲ ਪਿਆਰ ਕਰ। ਮੰਦਾ ਕਿਸ ਨੂੰ ਆਖੀਏ, ਪੜ ਅੱਖਰ ਇਹੋ ਬੁੱਝੀਏ, ਸਭ ਨਾਲ ਪਿਆਰ ਕਰ। ਹੋਰ ਗੁਰੂ ਸਾਹਿਬ ਕਹਿੰਦੇ ਹੈ, ਸਭਨਾ ਮਨ ਮਾਲਕ, ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ। ਸਭਨਾ ਸਾਰਿਆਂ ਦਾ ਮਨ ਜਿਹੜਾ ਉਹ ਮੋਤੀ ਹੈ, ਹੀਰਾ ਹੈ, ਅਤੇ ਤੋੜਨ ਦੀ ਕੋਸ਼ਿਸ਼ ਨਾ ਕਰ। ਬੁੱਲੇ ਸ਼ਾਹ ਨੇ ਵੀ ਇਹੀ ਗੱਲ ਕਹੀ ਹੈ, ਬੁੱਲਿਆ ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁਛ ਢਹਿੰਦਾ, ਪਰ ਬੰਦੇ ਦਾ ਦਿਲ ਨਾ ਢਾਵੀਂ, ਰੱਬ ਜੀ ਦੇ ਵਿੱਚ ਰਹਿੰਦਾ। ਇਸ ਗੱਲ ਨੂੰ ਜਦੋਂ ਅਸੀਂ ਪਛਾਣ ਜਾਵਾਂਗੇ, ਮਨ ਤੂੰ ਜੋਤ ਸਰੂਪ ਹੈ, ਸਾਡਾ ਮਨ ਵੀ ਜੋਤ ਸਰੂਪ ਹੈ, ਅਤੇ ਦੂਸਰੇ ਦਾ ਮਨ ਵੀ ਜੋਤ ਸਰੂਪ ਹੈ, ਉਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ, ਉਹਨੂੰ ਮੰਦਾ ਨਾ ਬੋਲੋ, ਉਹਨੂੰ ਧੱਕਾ ਨਾ ਕਰੋ, ਉਹਦੇ ਨਾਲ ਬੁਰਾਈ ਨਾ ਕਰੋ, ਕੋਈ ਗੁਨਾਹ ਨਾ ਕਰੋ। ਸਭ ਨੂੰ ਇਹ ਸਮਝੋ ਕਿ ਸਭ ਦੇ ਵਿੱਚ ਪਰਮਾਤਮਾ ਦਿਸ ਰਿਹਾ, ਫਿਰ ਤੁਹਾਨੂੰ ਪਰਮਾਤਮਾ ਸਭ ਦੇ ਵਿੱਚ ਦਿਸਣਾ ਸ਼ੁਰੂ ਹੋ ਜਾਏਗਾ। ਜਦੋਂ ਇਸ ਗੱਲ ਨੂੰ ਸਮਝ, ਪੜ ਅੱਖਰ ਇਹੋ ਬੁੱਝੀਏ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ, ਗੁਰੂ ਸਾਹਿਬ ਹੁਣ ਸਮਝਾਉਂਦੇ ਆ ਸਾਨੂੰ ਇਸ ਤਰ੍ਹਾਂ ਨਾਲ। ਭਾਈ ਗੁਰੂ ਦੇ ਪਿਆਰਿਓ, ਗੁਰੂ ਸਾਹਿਬ ਦੀ ਕਿਰਪਾ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਹ ਗੱਲਾਂ ਨੂੰ ਸਮਝ ਲਿਆ, ਜਿਨ੍ਹਾਂ ਨੇ ਇਸ ਤਰ੍ਹਾਂ ਨਾਲ ਗੁਰਬਾਣੀ ਨੂੰ ਪੜ੍ਹ ਕੇ, ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਨਿਰਮਲ ਕਰ ਲਿਆ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ, ਫਿਰ ਉਹ ਗੁਰਮੁਖ ਪਿਆਰੇ ਜਿਹੜੇ ਆ ਸੰਸਾਰ ਤੋਂ
ਵੱਖਰੇ ਹੋ ਜਾਂਦੇ ਆ, ਨਿਰਮਲ ਹੋ ਜਾਂਦੇ ਆ, ਚੁੱਪ ਹੋ ਜਾਂਦੇ ਆ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਗੁਰੂ ਸਾਹਿਬ ਜਦੋਂ ਅਸੀਂ ਨਾਮ ਸਿਮਰਨ ਕਰਦੇ ਕਰਦੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਗੁਰਬਾਣੀ 'ਤੇ ਟੇਕ ਧਰ ਕੇ ਪਰਮਾਤਮਾ ਨਾਲ ਪਿਆਰ ਕਰਦੇ ਹੋਏ ਜਦੋਂ ਨਾਮ ਸਿਮਰਨ ਕਰਦੇ ਹਾਂ, ਸਾਡੇ ਔਗੁਣ ਜਿਹੜੇ ਆ ਉਹ ਬਾਹਰ ਨਿਕਲ ਜਾਂਦੇ ਆ, ਗੁਣਾਂ ਦੀ ਭਰਪੂਰੀ ਆ ਜਾਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ, ਲੋਭ ਤ੍ਰਿਸ਼ਨਾ ਲਾਲਚ ਸਾਡੇ ਸਾਰੇ ਬੰਦ ਹੋ ਜਾਂਦੇ ਆ। ਔਰ ਉਹ ਅਵਸਥਾ ਐਸੀ ਜਿਸ ਗੁਰਮੁਖ ਪਿਆਰੇ ਨੂੰ ਬਣ ਜਾਂਦੀ ਹੈ, ਉਸ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦਾ ਮਨ ਜਿਹੜਾ ਉਹ ਸ਼ੁੱਧ ਹੋ ਜਾਂਦਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਇਹ ਅਵਸਥਾ ਕਿਵੇਂ ਬਣਦੀ ਹੈ ਕਿ ਜਪਜੀ ਸਾਹਿਬ ਦੇ ਵਿੱਚ ਸਾਨੂੰ ਚਾਰ ਖੰਡਾਂ ਦੇ ਵਿੱਚ ਸਮਝਾਇਆ ਹੋਇਆ ਹੈ, ਧਰਮ ਖੰਡ ਕੀ ਬਾਣੀ, ਗਿਆਨ ਖੰਡ, ਅੱਗੇ ਕਰਮ ਖੰਡ ਤੀਜਾ, ਔਰ ਚੌਥਾ ਸਰਮ ਖੰਡ, ਔਰ ਪੰਜਵਾਂ ਸੱਚ ਖੰਡ। ਚਾਰ ਖੰਡਾਂ ਦੇ ਵਿੱਚ ਅਸੀਂ ਕਰਮ ਕਰਨੇ ਔਰ ਪੰਜਵਾਂ ਪ੍ਰਾਪਤੀ ਆ। ਹੁਣ ਗੁਰੂ ਸਾਹਿਬ ਤੀਜੇ ਖੰਡ ਦੀ ਗੱਲ ਕਰਦੇ ਆ ਕਿ ਇਹ ਮਨ ਜਦੋਂ ਇਸ ਤਰ੍ਹਾਂ ਸਮਝ ਜਾਂਦਾ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਸਦਾ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ, ਗੁਰੂ ਦੀ ਮੱਤ ਦੁਆਰਾ। ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਨੂੰ ਸਰਵਣ ਕਰਦੇ ਹਾਂ, ਬੜੀ ਮਿੱਠੀ ਲੱਗਣ ਲੱਗ ਜਾਂਦੀ ਹੈ, ਗੁਰੂ ਨਾਲ ਪਿਆਰ ਹੋ ਜਾਂਦਾ, ਅਤੇ ਫਿਰ ਐਸੀ ਅਵਸਥਾ ਬਣਦੀ ਹੈ ਵੀ ਅਸੀਂ ਸਭ ਤੋਂ ਪਹਿਲਾਂ ਧਰਮ ਦੀ ਪ੍ਰਾਪਤੀ ਕਰਦੇ ਹਾਂ। ਇਹ ਵਿਚਾਰ ਬਹੁਤ ਲੰਬੇ ਹੈ ਪਰ ਚਲੋ ਮੋਟੇ ਜਿਹੇ ਤੌਰ 'ਤੇ ਮੈਂ ਤੁਹਾਨੂੰ ਦੱਸੂਗਾ। ਫਿਰ ਗਿਆਨ ਖੰਡ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਵੇਂ ਕਿ ਹੁਣ ਇਹ ਸ਼ਬਦ ਦੇ ਵਿੱਚ ਆਪ ਜੀ ਨੂੰ ਲੰਬੀ ਵਿਚਾਰ ਕਰਕੇ ਦੱਸੀ ਸੀ, ਇੱਥੇ ਮੈਂ ਛੋਟੀ ਕਰਕੇ ਦੱਸ ਰਿਹਾ। ਉਸ ਤੋਂ ਇਲਾਵਾ ਤੀਜਾ ਖੰਡ ਜਿਹੜਾ ਹੈ ਉਹ ਕਰਮ ਖੰਡ ਆ। ਫਿਰ ਅਸੀਂ ਜਦੋਂ ਗਿਆਨ ਖੰਡ ਦੀ ਪ੍ਰਾਪਤੀ ਹੁੰਦੀ ਹੈ, ਫਿਰ ਅਸੀਂ ਕਰਮ ਸੱਚ ਦੇ ਕਰਨੇ ਸ਼ੁਰੂ ਕਰ ਦਿੰਦੇ ਹਾਂ, ਬੁਰਾਈ ਵਾਲੇ ਕਰਮ ਜਿਹੜੇ ਆ ਉਹ ਬੰਦ ਕਰਨੇ ਸ਼ੁਰੂ ਕਰ ਦਿੰਦੇ ਹਾਂ। ਮਨ ਸਾਡਾ ਉਹ ਵਿਵੇਕ ਬੁੱਧ ਨੂੰ ਪਛਾਣ ਲੈਂਦਾ, ਪ੍ਰਾਪਤ ਕਰ ਲੈਂਦਾ, ਔਰ ਸਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਵੀ ਆਹ ਕਰਮ ਪਰਮਾਤਮਾ ਦੋਸ਼ ਮੰਨਦਾ ਹੈ, ਆਹ ਕਰਮ ਜਿਹੜਾ ਪਰਮਾਤਮਾ ਸੁੱਖ ਦਿੰਦਾ ਹੈ, ਆਹ ਕਰਮ ਕਰੀਏ ਤਾਂ ਪਰਮਾਤਮਾ ਸਾਨੂੰ ਖੁਸ਼ੀ ਦਿੰਦਾ ਹੈ, ਆਹ ਕਰਮ ਕਰੀਏ ਤਾਂ ਸਾਨੂੰ ਪਰਮਾਤਮਾ ਜਮਾਂ ਦੀ ਮਾਰ ਲੱਗੇਗੀ। ਇਹ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਉਸਨੂੰ। ਇਸ ਤੋਂ ਬਾਅਦ ਫਿਰ ਆਉਂਦਾ ਸਰਮ ਖੰਡ। ਫਿਰ ਉਹ ਕੀ ਕਰਦਾ ਕਿ ਪਰਮਾਤਮਾ ਦਾ ਨਾਮ ਜ਼ਿਆਦਾ ਸਿਮਰਨ ਕਰਦਾ, ਸਿਮਰਨ ਕਰਦਿਆਂ ਨਾਮ ਸਿਮਰਨ ਕਰਦਿਆਂ ਕਰਦਿਆਂ ਮੁਸ਼ਕਤ ਕਰਦਾ। ਅਤੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਇਹ ਗੱਲ ਦੱਸੀ ਹੋਈ ਹੈ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਜਿਨ੍ਹਾਂ ਨੇ ਮੁਸ਼ਕਤ ਘਾਲ ਲਈ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁੱਖ ਉਜਲ ਹੋ ਜਾਂਦੇ ਆ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਦਸਦਾਰਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਇਸ ਤਰ੍ਹਾਂ ਦੇ ਨਾਲ ਫਿਰ ਇਹ ਸਰਮਖੰਡ ਦੀ ਬਾਣੀ ਆਉਂਦੀ ਹੈ ਨਾ ਜਦੋਂ, ਅਤੇ ਗੁਰੂ ਸਾਹਿਬ ਕਹਿੰਦੇ ਆ ਸਰਮਖੰਡ ਦੀ ਬਾਣੀ ਦੇ ਵਿੱਚ ਰੂਪ, ਸਰਮਖੰਡ ਕੀ ਬਾਣੀ ਰੂਪ, ਉਸ ਗੁਰਮੁਖ ਪਿਆਰੇ ਦਾ ਸਰੂਪ ਜਿਹੜਾ ਹੈ ਨਾ ਉਹ ਸੰਸਾਰ ਦੇ ਵਿੱਚ ਐਸੀ ਸੋਭਾ ਵਾਲਾ ਬਣ ਜਾਂਦਾ ਕਿ ਲੋਕ ਉਸ ਨੂੰ ਨਮਸਕਾਰਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਜੋ ਬਚਨ ਕਰਦਾ ਲੋਕਾਂ ਨੂੰ ਸੱਤ ਲੱਗਦਾ, ਜੋ ਬਚਨ ਕਰਦਾ ਲੋਕਾਂ ਨੂੰ ਸੁੱਖ ਮਿਲਦੇ ਆ, ਉਹ ਉਪਕਾਰੀ ਜੀਵ ਹੋ ਜਾਂਦਾ ਹੈ। ਉਹ ਉਪਕਾਰ ਲੋਕਾਂ 'ਤੇ ਕਰਦਾ ਹੈ ਅਤੇ ਫਿਰ ਲੋਕ ਉਸ ਦਾ ਸਤਿਕਾਰ ਕਰਦੇ ਆ, ਉਸ ਦਾ ਸਰੂਪ ਦੇਖ ਕੇ ਉਹ ਲੋਕਾਂ ਨੂੰ ਐਂ ਲੱਗਦਾ ਵੀ ਇਹ ਸਾਡਾ ਆਪਣਾ ਹੈ। ਸਰਮਖੰਡ ਕੀ ਬਾਣੀ ਰੂਪ, ਉਸ ਅਵਸਥਾ ਦੇ ਵਿੱਚ ਜਦੋਂ ਸਰਮਖੰਡ ਦੀ ਬਾਣੀ ਦੇ ਵਿੱਚ ਅਸੀਂ ਆਉਂਦੇ ਹਾਂ ਨਾ, ਅਤੇ ਉਦੋਂ ਸਾਡਾ ਰੂਪ ਜਿਹੜਾ ਹੈ ਲੋਕਾਂ ਨੂੰ ਸੁੰਦਰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ ਸੁਰਾ ਸਿੱਧਾ ਕੀ ਸੁੱਧ, ਤਿੱਥੇ ਘੜੀ ਹੈ ਸੁਰਤ। ਸਭ ਤੋਂ ਪਹਿਲਾਂ ਦਾਸ ਇਹ ਗੱਲ ਕਰ ਦਿੰਦਾ ਭਾਈ ਸੁਰਤੀਆਂ ਜੋੜ ਕੇ ਗੁਰੂ ਦੇ ਚਰਨਾਂ 'ਚ ਬੈਠਿਆ ਕਰੋ। ਸਭ ਤੋਂ ਪਹਿਲਾਂ ਸਾਡੀ ਸੁਰਤੀ ਜਿਹੜੀ ਹੈ ਉਹ ਘੜੀ ਜਾਂਦੀ ਹੈ। ਕੀ ਹੁੰਦਾ ਕਿ ਸਾਨੂੰ ਜਦੋਂ ਗਿਆਨ ਆਉਂਦਾ, ਗਿਆਨ ਆਉਂਦਾ ਅਸੀਂ ਕਰਮ ਕਰਦੇ ਹਾਂ, ਜਦੋਂ ਕਰਮ ਕਰਦੇ ਹਾਂ ਅਸੀਂ ਸ਼ਰਮ ਕਰਦੇ ਹਾਂ, ਅਤੇ ਫਿਰ ਸੁਰਤੀ ਸਾਡੀ ਜਿਹੜੀ ਹੈ ਨਾ ਪਰਮਾਤਮਾ ਦੇ ਚਰਨਾਂ 'ਚ ਜੁੜ ਜਾਂਦੀ ਹੈ ਨਾ, ਅਤੇ ਸੁਰਤੀ ਸਾਡੀ ਸ਼ੁੱਧ ਹੋ ਜਾਂਦੀ ਹੈ, ਪਰਮਾਤਮਾ ਨਾਲ ਜੁੜ ਜਾਂਦੀ ਹੈ, ਟਿਕੀ ਰਹਿੰਦੀ, ਘੜੀ ਜਾਂਦੀ ਹੈ, ਬਾਹਰ ਨਹੀਂ ਭੱਜਦੀ, ਫਿਰ ਬੁਰੇ ਕਰਮ ਵੱਲ ਨਹੀਂ ਭੱਜਦੀਗੀ, ਬਦਨੀਤੀ ਵੱਲ ਨਹੀਂ ਭਰਦੀਗੀ, ਬੁਰਾ ਨਹੀਂ ਦੇਖਦੀ, ਬੁਰਾ ਨਹੀਂ ਸੋਚਦੀ, ਬੁਰਾ ਨਹੀਂ ਵਿਚਾਰਦੀ। ਸਾਡੀ ਸੁਰਤੀ ਹਮੇਸ਼ਾ 24 ਘੰਟੇ ਗੁਰੂ ਦੀ ਟੇਕ ਲੈ ਕੇ ਗੁਰੂ ਦੀ ਸ਼ਰਨ ਦੇ ਵਿੱਚ ਰਹਿੰਦੀ ਹੈ। ਅਤੇ ਘੜੀਆ ਸੁਰਤ ਮਤ, ਮਤ ਸਾਡੀ ਕੀ ਹੈ ਕਿ ਮਤ, ਜੇ ਤਾਂ ਮਤ ਬੁੱਧ ਨੂੰ ਕਹਿੰਦੇ ਆ, ਜੇ ਤਾਂ ਇਹ ਥੱਲੇ ਨੂੰ ਚਲੀ ਜਾਵੇ ਤਾਂ ਕੁਬੁੱਧ ਬਣ ਜਾਂਦੀ ਆ, ਉਦੋਂ ਵੀ ਥੱਲੇ ਨੂੰ ਚਲੀ ਜਾਵੇ ਤਾਂ ਦੁਰਬੁੱਧ ਦੁਸ਼ਟ ਬੁੱਧੀ ਬਣ ਜਾਂਦੀ ਹੈ, ਜੇ ਇਹ ਉੱਪਰ ਨੂੰ ਜਾਵੇ ਬੁੱਧ ਤੋਂ ਤਾਂ ਇਹ ਫਿਰ ਸਦਬੁੱਧੀ ਬਣ ਜਾਂਦੀ ਹੈ, ਔਰ ਸਦਬੁੱਧੀ ਤੋਂ ਅੱਗੇ ਜਾ ਕੇ ਗੁਰਬੁੱਧੀ ਬਣ ਜਾਂਦੀ ਹੈ, ਗੁਰਮਤ ਜਿਸ ਨੂੰ ਅਸੀਂ ਕਹਿੰਦੇ ਹਾਂ। ਔਰ ਜਦੋਂ ਅਸੀਂ ਗੁਰਮਤ ਨੂੰ ਧਾਰਨ ਕਰ ਲੈਂਦੇ ਹਾਂ ਉਦੋਂ ਪਰਮਾਤਮਾ ਦੀ ਪ੍ਰਾਪਤੀ ਸਾਨੂੰ ਸਾਡੇ ਅੰਦਰ ਹੀ ਦਿਸਣੀ ਸ਼ੁਰੂ ਹੋ ਜਾਂਦੀ ਹੈ। ਇਹ ਬੁੱਧ ਘੜੀ ਜਾਂਦੀ ਹੈ, ਤਿੱਥੇ ਘੜੀ ਹੈ ਸੁਰਤ ਮਤ, ਫਿਰ ਮਨ। ਮਨ ਸਾਡਾ ਕੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਮਨ ਜੋਤ ਸਰੂਪ ਹੀ ਹੈ, ਮਨ ਹੀ ਪਰਮਾਤਮਾ ਦੀ ਜੋਤ ਹੈ। ਇਸ ਪਰਮਾਤਮਾ ਦੀ ਜੋਤ ਤੋਂ ਅੰਸ਼ ਵੱਖ ਕਰਕੇ ਇਸ ਜੋਤ ਨੂੰ ਬਣਾਇਆ ਗਿਆ, ਔਰ ਇਸ ਜੋਤ ਨੂੰ ਸਿਰਫ ਖੇਲ ਖੇਲਣ ਵਾਸਤੇ ਪਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ, ਔਰ ਇਹਦੇ ਵਿੱਚ ਜੀਵ ਨੂੰ
ਜੀਵ ਬਣਾ ਕੇ ਇਹਨੂੰ ਆਤਮਾ ਦਾ ਬੰਧਨ, ਆਤਮਾ ਨੂੰ ਸ਼ੁੱਧ ਆਤਮਾ ਨੂੰ ਬੰਧਨ ਲਾ ਕੇ, ਸਰੀਰ ਦਾ ਬੰਧਨ ਲਾ ਕੇ, ਕਰਮ ਦਾ ਬੰਧਨ ਲਾ ਕੇ, ਸੋਚ ਦਾ ਬੰਧਨ ਲਾ ਕੇ, ਕੀਤੇ ਦਾ ਬੰਧਨ ਲਾ ਕੇ, ਹੋਰ ਵੀ ਕਈ ਬੰਧਨ ਲਾ ਕੇ ਇਸ ਨੂੰ ਜੀਵ ਆਤਮਾ ਦਾ ਸਰੂਪ ਦੇ ਦਿੱਤਾ, ਕਿ ਇਹਨੂੰ ਆਰਡਰ ਦੇ ਦਿੱਤਾ ਵੀ ਜੈਸਾ ਤੂੰ ਕਰੇਂਗੀ ਵੈਸਾ ਹੀ ਫਲ ਤੈਨੂੰ ਮਿਲੇਗਾ। ਜੇ ਤੂੰ ਚੰਗੇ ਕਰਮ ਕਰੇਂਗੀ ਤਾਂ ਮੇਰੇ ਦਸਤਦਾਰੇ ਹੋ ਜਾਣਗੇ, ਜੇ ਤੂੰ ਬੁਰੇ ਕਰਮ ਕਰੇਂਗੇ ਤਾਂ ਜਮਾਂ ਦਾ ਮਾਰ ਪਏਗੀ, ਨਰਕ ਦੇ ਘੋਰ ਡੰਡ ਲੱਗਣਗੇ। ਐਸੀ ਵਿਵਸਥਾ ਬਣਾਤੀ ਹੈ ਸ੍ਰਿਸ਼ਟੀ ਦੀ ਪਰਮਾਤਮਾ ਨੇ। ਹੁਣ ਇੱਥੇ ਜਦੋਂ ਇਸ ਤਰ੍ਹਾਂ ਦੇ ਨਾਲ ਮਨ ਸਾਡਾ ਜਿਹੜਾ ਜਦੋਂ ਪਰਮਾਤਮਾ ਦੇ ਰੰਗ 'ਚ ਆ ਜਾਂਦਾ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਜਦੋਂ ਗੁਰਮਤੀ ਦੇ ਨਾਲ ਪਰਮਾਤਮਾ ਦਾ ਰੰਗ ਮਾਣਨਾ ਸ਼ੁਰੂ ਕਰਦਾ ਉਦੋਂ ਇਹ ਪਰਮਾਤਮਾ ਨਾਲ ਜੁੜ ਜਾਂਦਾ ਔਰ ਇਹ ਮਨ ਜਿਹੜਾ ਨਿਰਮਲ ਹੋ ਜਾਂਦਾ, ਇਹਦੇ 'ਚੋਂ ਪਾਪ ਕਰਮ ਜਿਹੜੇ ਸਾਰੇ ਨਿਕਲ ਜਾਂਦੇ ਆ, ਤ੍ਰਿਸ਼ਨਾ ਲੋਭ ਲਾਲਚ ਕਿਲਵਿਖ ਦੁੱਖ ਕਲੇਸ਼ ਸਾਰੇ ਕੱਟੇ ਜਾਂਦੇ ਆ, ਔਰ ਹੌਲੀ ਹੌਲੀ ਗੁਰੂ ਦੀ ਕਿਰਪਾ ਨਾਲ ਇਹ ਸ਼ੁੱਧ ਹੋ ਜਾਂਦਾ, ਔਰ ਜਦੋਂ ਸ਼ੁੱਧ ਹੋ ਜਾਂਦਾ ਉਦੋਂ ਇਹ ਮਨ ਨਿਰਮਲ ਹੋ ਜਾਂਦਾ। ਉਹ ਮਨ ਦੇ ਵਿੱਚ ਫਿਰ ਕੀ ਹੁੰਦਾ ਕਿ ਮਨ ਪਰਮਾਤਮਾ ਜਿਹੜਾ ਹੈ ਇਹਦੇ 'ਤੇ ਖੁਸ਼ ਹੋ ਕੇ ਇਹ ਹਿਰਦੇ 'ਚ ਆ ਜਾਂਦਾ। ਹੁਣ ਮਨ, ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਮਨ ਚਿੱਤ ਦਿਲ ਹਿਰਦਾ ਇਹ ਇੱਕੋ ਹੀ ਚੀਜ਼ ਦੇ ਨਾਮ ਹੈ। ਜਦੋਂ ਤਾਂ ਇਹ ਦਿਲ ਹੋਵਾਉਂਦਾ ਹੈ ਉਦੋਂ ਤਾਂ ਇਹ ਸੰਸਾਰੀ ਖੇਲਾਂ ਦੇ ਵਿੱਚ ਖੇਲਦਾ ਹੁੰਦਾ, ਉਦੋਂ ਇਹ ਕਹਿੰਦਾ ਦਿਲ ਮੇਰਾ ਦਿਲ ਐਂ ਕਰਦਾ ਮੈਂ ਆਕਾਸ਼ 'ਤੇ ਉਡਾਰੀਆਂ ਮਾਰੂ, ਮੈਂ ਹੈਲੀਕਾਪਟਰ ਲੈ ਲਵਾਂ, ਮੈਂ ਕਨੇਡਾ ਜਾ ਕੇ ਆਉਣਾ, ਮੈਂ 50 ਕਿੱਲੇ ਜ਼ਮੀਨ ਖਰੀਦ ਲਵਾਂ, ਇਹ ਦਿਲ ਹੈ। ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਇਹਦਾ ਨਾਂ ਰੱਖਿਆ ਗਿਆ। ਉਸ ਤੋਂ ਬਾਅਦ ਇਹਨੂੰ ਕਹਿੰਦੇ ਹੈ ਦਿਲ ਤੋਂ ਬਾਅਦ ਜੀ, ਜੀ ਜੀ ਵੀ ਇੱਕ ਇਹਦਾ ਨਾਮ ਹੈ। ਜੀ ਕਹਿੰਦੇ ਆ ਸਾਡੀ ਆਤਮਾ ਨੂੰ, ਪਰ ਜਦੋਂ ਇਹ ਜੀਵ ਬੰਧ ਦੇ ਵਿੱਚ ਹੁੰਦੀ ਹੈ ਉਦੋਂ ਇਹ ਜੀਵ ਵੀ ਜਿਹੜੀ ਹੈ ਬੰਦਿਸ਼ ਵਾਲੀ ਹੋ ਜਾਂਦੀ ਹੈ, ਔਰ ਜਿੰਨਾ ਚਿਰ ਬੰਦਿਸ਼ ਇਹਦੀ ਟੁੱਟਦੀ ਨਹੀਂ ਹੈ ਉਹਨਾਂ ਚਿਰ ਜੀ ਵੀ ਬੰਦਿਸ਼ ਦੇ ਵਿੱਚ ਹੁੰਦਾ, ਨਿਰਮਲ ਨਹੀਂ ਹੁੰਦਾ ਗਾ। ਜੀ ਨੂੰ ਵੀ ਮਨ ਕਹਿੰਦੇ ਹੈ। ਹੁਣ ਮਨ ਜਿਹੜਾ ਹੈ, ਮਨ ਜਿਹੜਾ ਹੈ ਜਦੋਂ ਇਹ ਸੰਸਾਰ ਦੇ ਖੇਲਾਂ ਦੇ ਵਿੱਚ ਖੇਲਦਾ, ਹਾਲੇ ਪਰਮਾਤਮਾ ਵਾਲੇ ਪਾਸੇ ਨਹੀਂ ਮੁੜਿਆ, ਦੁਸ਼ਟਤਾਈ ਵਾਲੇ ਤੋਂ ਕੱਟ ਕੇ ਜਿਹੜਾ ਦਿਲ ਹੈ ਨਾ, ਉਹ ਤਾਂ ਹੈ ਧੱਕੇ ਜੋਰੀ, ਇਹ ਥੋੜ੍ਹਾ ਜਿਹਾ ਨਾਰਮਲ ਰੂਪ ਦੇ ਵਿੱਚ ਆ ਜਾਂਦਾ ਮਨ। ਮਤਲਬ ਕਦੇ ਤਾਂ ਹੋਇਆ ਕਿਸੇ ਦਾ ਭਲਾ ਕਰਤਾ, ਨਹੀਂ ਤਾਂ ਕਿਸੇ ਦਾ ਖੋ ਲਿਆ ਤਾਂ ਖੋ ਲਿਆ, ਜਿਵੇਂ ਆਇਆ ਉਵੇਂ 'ਚ। ਇਹਨੂੰ ਕਹਿੰਦੇ ਆ ਮਨ, ਮੇਰਾ ਮਨ ਜੀ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਹਾਏ ਮੇਰਾ ਜੀ ਨਿਕਲ ਗਿਆ, ਉਹ ਜੀ ਆਤਮਾ ਹਾਏ ਮੇਰਾ ਮਨ ਐਂ ਕਰਦਾ ਹੈ, ਇਹ ਮਨ ਇੱਕੋ ਹੀ ਚੀਜ਼ ਹੈ। ਅੱਛਾ, ਇਹ ਮਨ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ, ਗੁਰੂ ਦੀ ਕਿਰਪਾ ਨਾਲ ਗੁਰੂ ਤੋਂ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦਾ, ਫਿਰ ਇਹ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਚੇਤੇ ਕਰਨਾ ਸ਼ੁਰੂ ਕਰ ਦਿੰਦਾ। ਇਸੇ ਮਨ ਦਾ ਨਾਮ ਹੀ ਚਿੱਤ ਬਣ ਜਾਂਦਾ ਹੈ। ਜਦੋਂ ਇਹ ਪਰਮਾਤਮਾ ਨੂੰ ਚੇਤੇ ਕਰਨ ਲੱਗ ਜਾਂਦਾ, ਇਹਦਾ ਨਾਮ ਚਿੱਤ ਬਣ ਜਾਂਦਾ, ਮਨ ਹੀ ਚਿੱਤ ਹੈ। ਜਦੋਂ ਇਹ ਪਰਮਾਤਮਾ ਨੂੰ ਚੇਤੇ ਕਰਦਾ ਇਹ ਚਿੱਤ ਬਣ ਜਾਂਦਾ, ਅਤੇ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਨਾਮ ਸਿਮਰਨ ਕਰਦਾ ਹੋਇਆ ਜਿਹੜਾ ਹੈ ਨਾ, ਇਹ ਮਨ ਆਪਣੇ ਅਵਗੁਣਾਂ ਨੂੰ ਹਿਰ ਕੇ, ਹਿਰਨਾ ਮਤਲਬ ਪਕੜ ਲੈਣਾ, ਆਪਣੇ ਅਵਗੁਣਾਂ ਨੂੰ ਹਿਰ ਕੇ ਦਾਹ ਕਰ ਦਿੰਦਾ ਆਪਣੇ ਮਨ ਦੇ ਵਿੱਚ। ਹਿਰਦਾ, ਦੇਖੋ ਆ ਲਫਜ਼ਾਂ ਦੀ ਗੱਲ ਸਮਝ ਲਿਆ ਜੇ ਵੀ ਹਿਰਦਾ ਕਿਉਂ ਕਹਿੰਦੇ ਹਾਂ ਅਸੀਂ, ਮਨ ਕਿਉਂ ਕਹਿੰਦੇ ਹਾਂ, ਚਿੱਤ ਕਿਉਂ ਕਹਿੰਦੇ ਹਾਂ। ਹਿਰਦਾ ਯਾਨੀ ਔਗੁਣਾਂ ਨੂੰ ਹਿਰ ਕੇ ਦਾਹ ਕਰ ਦੇਣਾ, ਔਰ ਗੁਣਾਂ ਦੀ ਉਹਨਾਂ ਦੇ ਥਾਂ 'ਤੇ, ਜਦੋਂ ਇਹ ਮਨ ਖਾਲੀ ਹੋ ਗਿਆ ਤਾਂ ਉਹਨਾਂ ਦੀ ਥਾਂ 'ਤੇ ਗੁਣਾਂ ਦੀ ਭਰਪੂਰੀ ਹੋ ਜਾਂਦੀ ਹੈ, ਔਗੁਣ ਬਾਹਰ ਨਿਕਲ ਜਾਂਦੇ, ਦਾਹ ਹੋ ਜਾਂਦੇ ਆ, ਸੜ ਜਾਂਦੇ ਆ, ਬਲ ਜਾਂਦੇ ਆ, ਇਹਨੂੰ ਕਹਿੰਦੇ ਹਿਰਦਾ। ਅਤੇ ਜਦੋਂ ਇਹ ਹਿਰਦਾ ਪਰਮਾਤਮਾ ਦੇ ਨਾਲ ਪੂਰਨ ਰੂਪ ਦੇ ਵਿੱਚ ਜੁੜ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਅਤੇ ਫਿਰ ਇਹ ਹਿਰਦਾ ਜਦੋਂ ਨਿਰਮਲ ਹੋ ਜਾਂਦਾ ਉੱਥੇ ਫਿਰ ਪਰਮਾਤਮਾ ਆ ਕੇ ਬਿਰਾਜਮਾਨ ਹੋ ਜਾਂਦਾ। ਇਸ ਕਰਕੇ ਇਹ ਮਨ ਦੇ ਇੱਕ ਚਿੱਤ ਦੇ, ਜਿਵੇਂ ਹੁਣ ਇਹ ਸਮਝ ਲਓ ਕਿ ਇੱਕ ਅਲਮਾਰੀ ਆ, ਉਸਦੇ ਵਿੱਚ 4 ਖਾਨੇ ਹੈ, ਇੱਕ ਵਾਹਿਗੁਰੂ, ਇੱਕ ਦਿਲ ਹੈ, ਮਨ ਹੈ, ਦਿਲ ਹੈ, ਜੀ ਹੈ, ਮਨ ਹੈ, ਔਰ ਚਿੱਤ ਹੈ, ਔਰ ਹਿਰਦਾ ਹੈ, ਇਹ 'ਚ 5 ਖਾਨੇ ਆ ਮਤਲਬ। ਔਰ ਇਹ 5 ਖਾਨਿਆਂ ਦੇ ਵਿੱਚ ਜਿਹੋ ਜਿਹੇ ਕਰਮ ਕੋਈ ਕਰਦਾ ਹੈ ਨਾ, ਉਹੋ ਜਿਹਾ ਇਹਦਾ ਨਾਂ ਬਣ ਜਾਂਦਾ। ਜਿੱਥੋਂ ਇਹ ਪਰਮਾਤਮਾ ਅੱਗੇ ਵੱਸਦਾ ਉਦੋਂ ਇਸੇ ਚੀਜ਼ ਦਾ ਨਾਂ ਹੀ ਹਿਰਦਾ ਬਣ ਜਾਂਦਾ। ਹਿਰਦੇ ਦੇ ਵਿੱਚ ਪਰਮਾਤਮਾ ਵੱਸਦਾ, ਮਨ 'ਚ ਨਹੀਂ ਵੱਸਦਾ। ਮਨ ਪਰਮਾਤਮਾ ਦਾ ਸਰੂਪ, ਆਤਮਾ ਦਾ ਸਰੂਪ ਹੈ, ਮਨ ਹਿਰਦੇ ਦਾ ਸਰੂਪ ਹੈ, ਪਰ ਮਨ ਜਦੋਂ ਸ਼ੁੱਧ ਹੋ ਜਾਂਦਾ ਉਦੋਂ ਇਹ ਹਿਰਦਾ ਬਣ ਜਾਂਦਾ। ਜਿਵੇਂ ਆ ਬਿਜਲੀ ਦੇ 4 ਬਟਨ ਹੁੰਦੇ ਹਨ, 5 ਬਟਨ ਆ ਮੰਨ ਲਓ ਬਿਜਲੀ, ਆਤਮਾ, ਅਤੇ ਬਟਨ, ਜਿਹੜਾ ਪੱਖੇ ਦਾ ਬਟਨ ਛੱਡਿਆ ਤਾਂ ਪੱਖਾ ਚੱਲਣ ਲੱਗ ਜਾਏਗਾ, ਜੇ ਹੀਟਰ ਦਾ ਬਟਨ ਛੱਡਿਆ ਤਾਂ ਹੀਟਰ ਚੱਲਣ ਲੱਗ ਜਾਏਗਾ। ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹੋ ਜਿਹੇ ਸਾਡੇ ਕਰਮ ਬਣ ਜਾਂਦੇ ਆ, ਉਹੋ ਜਿਹਾ ਸਾਡਾ ਇਹ ਮਨ ਦਾ ਸਰੂਪ ਬਣ ਜਾਂਦਾ, ਉਹੋ ਜਿਹਾ ਸਾਡੇ ਮਨ ਦਾ ਇਹ ਵਿਚਾਰ ਬਣ ਜਾਂਦਾ।
ਹੈ ਸਾਰਿਆਂ 'ਚ ਬਿਜਲੀ ਕੰਮ ਕਰ ਰਹੀ ਹੈ, ਬਟਨ ਅਲੱਗ ਅਲੱਗ ਹੈ, ਇਸੇ ਤਰ੍ਹਾਂ ਇਹ ਬਟਨ ਸਾਡੇ ਅਲੱਗ ਅਲੱਗ ਹੈ। ਔਰ ਜਦੋਂ ਇਹ ਹਿਰਦੇ ਦੇ ਵਿੱਚ ਆ ਜਾਂਦਾ ਹੈ, ਹਿਰਦੇ ਦੇ ਵਿੱਚ ਪਰਮਾਤਮਾ ਬਾਣੀ ਨੂੰ ਵਸਾ ਕੇ, ਪਰਮਾਤਮਾ ਨੂੰ ਵਸਾ ਕੇ, ਗੁਰੂ ਦੇ ਨਾਮ ਨੂੰ ਵਸਾ ਕੇ, ਜਦੋਂ ਇਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੁੰਦਾ ਨਾ, ਉਦੋਂ ਇਹ ਹਿਰਦਾ ਸ਼ੁੱਧ ਹੋ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਜੇ ਅਸੀਂ ਵਿਚਾਰਾਂ ਕਰੀਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਬਾਣੀ ਸਾਨੂੰ, ਅਸੀਂ ਜਿਹੜੀਆਂ ਤੁਕਾਂ ਲੈਂਦੇ ਹਾਂ ਨਾ, ਸਮੇਂ ਦੀ ਵਜ੍ਹਾ ਕਰਕੇ ਬਹੁਤ ਸ਼ੋਰਟ ਜੀ ਘੱਟ ਗੱਲ ਕਰਦੇ ਹਾਂ। ਜਿਹੜਾ ਗੁਰੂ ਪੂਰੇ ਸ਼ਬਦ ਦੀ ਵਿਚਾਰ ਕਰਨੀ ਹੈ, ਬਹੁਤ ਲੰਬੀ ਹੁੰਦੀ ਹੈ, ਇਹ ਬਹੁਤ ਇੱਕ ਇੱਕ ਅੱਖਰ ਦੀ ਵਿਚਾਰ ਕੀਤੀ ਜਾ ਸਕਦੀ ਹੈ ਵੀ ਇਹ ਸ਼ਬਦ ਕੀ ਕਹਿ ਰਿਹਾ। ਤੋ ਇਸ ਤਰ੍ਹਾਂ ਨਾਲ ਹੁਣ ਗੁਰੂ ਸਾਹਿਬ ਜਿਹੜੇ ਵੀ ਗੁਰੂ ਪਿਆਰੇ ਭਾਈ ਇਸ ਤਰ੍ਹਾਂ ਦੇ ਨਾਲ ਹੋ ਜਾਂਦੇ ਆ ਨਾ, ਗੁਰਮੁਖ ਹੋ ਜਾਂਦੇ ਆ, ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਉਹ ਗੁਰਮੁਖ ਪਿਆਰੇ ਫਿਰ ਸਿੱਧਾ ਪਰਮਾਤਮਾ ਨਾਲ ਮਿਲਣ ਕਰ ਰਹਿੰਦੇ ਆ। ਇਸ ਸਥਾਨ ਦੇ ਉੱਤੇ ਬੈਠਿਆਂ ਹੀ ਉਹਨਾਂ ਦੀ ਆਤਮਾ ਜਿਹੜੀ ਹੈ ਪਰਮਾਤਮਾ ਨਾਲ ਮਿਲਣ ਕੀਤਾ ਹੁੰਦਾ, ਔਰ ਪਰਮਾਤਮਾ ਉਹਨਾਂ 'ਤੇ ਹਰ ਬਖਸ਼ਿਸ਼ ਜਿਹੜੀ ਹੈ ਉਹਨਾਂ ਨੂੰ ਇਹ ਪਾਵਰ ਦੇ ਦਿੰਦਾ, ਆਪਣੀਆਂ ਟੋਟਲ ਸ਼ਕਤੀਆਂ ਦੀ ਪਾਵਰ ਦੇ ਦਿੰਦਾ, ਜਿਹੜੇ ਬ੍ਰਹਮ ਗਿਆਨੀ ਹੋ ਜਾਂਦੇ ਆ, ਆਪ ਪਰਮੇਸ਼ਰ, ਫਿਰ ਇਹ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਆ। ਤਾਂ ਇਸ ਤਰ੍ਹਾਂ ਦੇ ਨਾਲ ਇਹ ਸੰਤ ਮਹਾਂਪੁਰਸ਼, ਬ੍ਰਹਮ ਗਿਆਨੀ ਪੁਰਸ਼ ਜਿਹੜੇ ਹੈ, ਗਾਲਸੇ ਹੈ, ਗੁਰਮੁਖ ਹੈ, ਜਾਂ ਕੋਈ ਵੀ ਸੰਤ ਕਹਿ ਲਓ, ਉਸ ਨੂੰ ਕੁਛ ਵੀ ਕਹਿ ਲਓ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰ ਲਿਆ, ਉਹਨਾਂ 'ਤੇ ਇਹ ਬਖਸ਼ ਪ੍ਰਾਪਤ ਹੋਏਗੀ। ਉਹ ਫਿਰ ਜੋ ਵੀ ਬਚਨ ਮੁੱਖ 'ਚੋਂ ਬੋਲਦੇ ਹੈ, ਉਹ ਮਤਲਬ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ, ਗੁਰੂ ਉਸ ਦੇ ਕਾਰਜ ਕੀਤੇ ਹੋਏ ਬਚਨਾਂ ਦੇ ਕਾਰਜ, ਜੋ ਵੀ ਕਾਰਜ ਦੀ ਬੇਨਤੀ ਲਾਉਣ, ਅਰਦਾਸ ਲਾਉਣ, ਜਾਂ ਜਿਵੇਂ ਵੀ ਬਚਨ ਕਰਨ, ਉਹ ਪਰਮਾਤਮਾ ਉਸ ਦੇ ਕਾਰਜ ਸਵਾਰ ਦਿੰਦਾ। ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ। ਇਸ ਤਰ੍ਹਾਂ ਨਾਲ ਭਾਈ ਜਦੋਂ ਅਸੀਂ ਇਹ ਗੱਲ ਸਮਝ ਲਈ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਅਤੇ ਦੂਜਾ ਇਹ ਹੈ ਗੁਰੂ ਸਾਹਿਬ ਨੇ ਸੁਣਾਇਆ, ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁੱਝੀ ਹੈ। ਜਦੋਂ ਐਸੀ ਅਵਸਥਾ ਸਾਨੂੰ ਸਮਝ ਆ ਗਈ, ਬਸ ਸਮਝਣਾ ਹੀ ਹੈ ਗਿਆਨ, ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ, ਗਿਆਨ ਅਸੀਂ ਪੜ੍ਹਨਾ ਹੈ ਕਿਸ ਕਾਰਨ ਵਾਸਤੇ, ਕਿ ਸਾਡਾ ਮਨ ਸਮਝ ਜਾਵੇ ਗੱਲ ਨੂੰ। ਗੁਰਬਾਣੀ ਇਸ ਕਰਕੇ ਪੜ੍ਹਨੀ ਹੈ ਕਿ ਸਾਡਾ ਮਨ ਜਿਹੜਾ ਗੁਰਬਾਣੀ ਦੇ ਅੰਦਰਲੇ ਪਾਸੇ ਜਿਹੜਾ ਭੇਦ ਹੈ ਉਸ ਨੂੰ ਸਮਝ ਜਾਵੇ, ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ। ਬਸ ਗੁਰੂ ਸਾਹਿਬ ਕਹਿੰਦੇ ਭਾਈ ਇਹ ਪੜ੍ਹਨਾ ਪੜ੍ਹਾਉਣਾ ਤਾਂ ਇਸ ਤਰ੍ਹਾਂ ਦਾ ਹੈ, ਜੇ ਕਿਤੇ ਜੇ ਸਾਡੀ ਪੜ੍ਹਾਈ, ਉਹਨਾਂ ਮੁਸਲਮਾਨਾਂ ਨੂੰ ਕਹਿੰਦੇ ਵੀ ਜੇ ਕਿਤੇ ਸਾਡੀ ਪੜ੍ਹਾਈ ਜਿਹੜੀ ਹੈ ਸਿਰਫ ਇਸ ਮਨ ਨੂੰ ਸਮਝਾਉਣ ਖਾਤਰ ਪੜ੍ਹੀ ਜਾਵੇ ਤਾਂ ਫਿਰ ਉਸ ਦੇ ਵਰਗੀ ਰੀਸ ਨਹੀਂ ਹੈ ਭਾਈ। ਸਭ ਤੋਂ ਸ੍ਰੇਸ਼ਟ ਉਹੀ ਪੜ੍ਹਾਈ ਹੈ, ਮਨ ਦੀ ਪੜ੍ਹਾਈ ਹੈ, ਮਨ ਸਮਝਾਵਣ ਕਾਰਨੇ ਕਛੂਕ ਪੜੀ ਹੈ ਗਿਆਨ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਦਾਸ ਬੇਨਤੀ ਆਪ ਜੀ ਨੂੰ ਕਰਦਾ, ਭਾਈ ਜਿੰਨਾ ਹੋ ਸਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰਬਾਣੀ ਨੂੰ ਸਰਵਣ ਕਰਿਆ ਕਰੋ। ਦੇਖੋ ਗੱਲਾਂ ਜਿਹੜੀਆਂ ਨਾ, ਸਾਡੀ ਸੁਰਤੀ ਜਦੋਂ ਟੁੱਟ ਜਾਂਦੀ ਹੈ ਨਾ, ਤਾਂ ਸਮਝੋ ਕਿ ਸਾਨੂੰ ਪਰਮਾਤਮਾ ਤੋਂ ਵਿਸਾਰਾ ਹੋ ਗਿਆ। ਜਦੋਂ ਵਿਸਾਰਾ ਹੋ ਗਿਆ ਤਾਂ ਸਮਝੋ ਪਰਮਾਤਮਾ ਫਟ ਨਾਰਾਜ਼ ਹੋ ਗਿਆ। ਜੇ ਅਸੀਂ ਇੱਕ ਮਿੰਟ ਕਥਾ ਕਰ ਰਹੇ ਹਾਂ, ਜੇ ਅਸੀਂ ਸੁਰਤੀ ਟੁੱਟ ਗਈ ਤਾਂ ਅਸੀਂ ਨਾਰਾਜ਼ ਹੋ ਸਕਦੇ ਹਾਂ, ਅਤੇ ਪਰਮਾਤਮਾ ਨਾਲ ਸੁਰਤੀ ਟੁੱਟੀ ਹੋਈ ਤਾਂ ਪਰਮਾਤਮਾ ਨਾਰਾਜ਼ ਹੋਵੇ ਤਾਂ ਪਤਾ ਕਿੱਥੇ ਜਾ ਕੇ ਗੱਲ ਬਣੇਗੀ। ਇਹ ਸਾਡੀ ਸੁਰਤੀ ਟੁੱਟ ਜਾਂਦੀ ਹੈ ਜਦੋਂ ਅਸੀਂ ਗੁਰੂ ਦੀ ਚਰਨ ਦੇ ਵਿੱਚ ਬੈਠੇ ਹੋਈਏ। ਸੁਰਤੀ ਨੂੰ ਬਿਲਕੁਲ ਅਤੇ ਬਿਲਕੁਲ ਪਰਮਾਤਮਾ ਦੇ ਚਰਨਾਂ 'ਚ ਰੱਖੋ, ਗੁਰੂ ਦੇ ਚਰਨਾਂ 'ਚ ਰੱਖੋ, ਗੁਰੂ ਦੀ ਬਚਨਾਂ ਦੇ ਵਿੱਚ ਰੱਖੋ, ਗੁਰੂ ਦੀ ਬਾਣੀ ਦੇ ਵਿੱਚ ਰੱਖੋ, ਗੁਰੂ ਦੇ ਵਿਚਾਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਓ, ਗੁਰੂ ਦਾ ਪਿਆਰ ਆਪਣੇ ਹਿਰਦੇ 'ਚ ਵਸਾ ਲਓ, ਬਸ ਤੁਹਾਡਾ ਬੇੜਾ ਪਾਰ ਹੋ ਜਾਏਗਾ, ਤੁਹਾਡਾ ਜੀਵਨ ਸਫਲ ਹੋ ਜਾਏਗਾ, ਤੁਹਾਡਾ ਆਵਾਗਮਨ ਕੱਟਿਆ ਜਾਏਗਾ, ਤੁਹਾਨੂੰ ਕੋਲਿਆ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ, ਤੁਹਾਨੂੰ ਪਰਮਾਤਮਾ ਦੇ ਮ੍ਰਿਤੂ ਬਾਅਦ ਪਰਮਾਤਮਾ ਦੇ ਦਰਸ ਦਾਰੇ, ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਹੋਣਗੇ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਸਾਧ ਸੰਗਤ ਜੀ, ਦਾਸ ਸ਼ਮਾ ਦਾ ਜਾਚਕ ਹੈ, ਵਿਚਾਰ ਦੇ ਵਿੱਚ ਅਨੇਕਾਂ ਟੁੱਟੀਆਂ, ਕਿਉਂਕਿ ਕਾਲੀ ਹੁੰਦੀ ਹੈ, ਕਈ ਵਾਰੀ ਵਿਚਾਰ ਟੁੱਟ ਜਾਂਦਾ ਹੈ, ਕਈ ਵਾਰੀ ਕੁਛ ਹੁੰਦਾ ਹੈ ਵਿਚਾਰ, ਕਈ ਵਾਰੀ ਗੁਰਬਾਣੀ ਦੀ ਤੁਕ ਜਿਹੜੀ ਹੈ ਉਹ ਸਾਡੇ ਤੋਂ ਅਣਜਾਣੇ ਦੇ ਵਿੱਚ ਕੁਛ ਹੋਰ ਉਚਾਰਨ, ਕੁਛ ਹੋਰ ਕਰਨਾ ਹੁੰਦਾ, ਕੁਛ ਹੋਰ ਬਣ ਜਾਂਦਾ। ਤੋ ਇਸ ਤਰ੍ਹਾਂ ਨਾਲ ਅਸੀਂ ਸ਼ਮਾ ਦੇ